ਸਾਨੂੰ ਬਾਬੇ ਕੋਲੋਂ ਕਿ ਹੁਕਮ ਜਾਰੀ ਹੋਇਆ ਵੀ ਪੁੱਤ ਥੋੜੀਆਂ ਥੋੜੀਆਂ ਖੁਸ਼ੀਆਂ ਜਿੰਨੀਆਂ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਘਰ ਘਰ ਜਾ ਕੇ ਦੇ ਕੇ ਆਓ। ਫਿਰ ਅਸੀਂ ਕੀ ਕਰਦੇ ਆ ਇੱਕ ਪਿੰਡ ਚੱਕ ਲੈਂਦੇ ਆ ਜਿਵੇਂ ਤੁਹਾਡਾ ਜੇ ਜਹਾਂਗੀਰ ਦਾ ਨਾਮ ਸੀਗਾ ਇੱਕ ਸਾਂਝੀ ਜਗ੍ਹਾ ਤੇ ਆਪਾਂ ਇਕੱਠੇ ਕਰ ਲਓ ਪਰਿਵਾਰਾਂ ਨੂੰ ਵੀ ਜਿਵੇਂ ਬਾਬੇ ਦੇ ਹੁਕਮ ਨੇ ਉਵੇਂ ਸੁਣਾ ਜਿਸੀ ਸਮਾਨ ਦੇਵਾਂਗੇ। ਉਹ ਭਾਈ ਚੱਪਲਾਂ ਵੀ ਹੋ ਸਕਦੀਆਂ ਨੇ ਸੂਟ ਵੀ ਹੋ ਸਕਦੇ ਨੇ ਕਾਲੀ ਵਾਲੇ ਕੈਂਪਰ ਵੀ ਹੋ ਸਕਦੇ ਨੇ ਸਿਲਾਈ ਮਸ਼ੀਨ ਵੀ ਹੋ ਸਕਦੀ ਹੈ ਉਹ ਤੁਹਾਡੇ ਭਾਗਾਂ ਮੁਤਾਬਕ ਹੈ। ਸਾਡੇ ਰੀਸ਼ੂ ਜੀ ਬਾਂਸਰ ਸਾਹਿਬ ਸਾਡੇ ਦਰਸ਼ਨ ਜੀ ਅੱਜ ਇਹਨਾਂ ਦੇ ਸਦਕਾ ਤੁਸੀਂ ਉਰੇ ਤੱਕ ਪਹੁੰਚੇ ਹੋ ਇਹਨਾਂ ਲਈ ਤਾਲੀਆਂ ਮਾਰ ਦਿੰਦੇ। ਕਾਲਜ ਬੜਾ ਪਹਿਲਾ ਚੱਲਦਾ ਹੈ ਪੁੱਤ ਉਹ ਕੋਈ ਕਿਸਾ ਕੁਛ ਨਹੀਂ ਕਰਦਾ ਸਿਰਫ ਇੱਕ ਪ੍ਰਮਾਤਮਾ ਹੈ ਜਿਹੜਾ ਕਿਤੇ ਕਿਤੇ ਸੋਚਦਾ ਉਹ ਪ੍ਰਮਾਤਮਾ ਇੱਕੋ ਹੀ ਹੈ। ਕੋਈ ਜਰੀਆ ਬੰਦਾ ਜਿਵੇਂ ਸਾਡੇ ਵਰਗੇ ਲੋਕਾਂ ਨੇ ਉਹਨਾਂ ਡਿਊਟੀ ਲਾਤੀ ਵੀ ਪੁੱਤ ਉਹ ਛੋਟੀ ਛੋਟੀ ਖੁਸ਼ੀ ਵੰਡਾ ਕੇ ਆਓ। ਹੁਣ ਮੇਰੇ ਬਾਬੇ ਦਾ ਹੁਕਮ ਹੈ ਵੀ ਜਿੰਨੀ ਸੰਗਤ ਆਈ ਹੈ ਸਭ ਦੇ ਉੱਪਰ ਪਹਿਣ ਦੀ ਵਰਖਾ ਕਰਕੇ ਸਵਾਗਤ ਕਰਦੇ ਕਰਦੇ ਇੱਕ ਖਜ਼ਾਨਾ ਦਿਵੇ ਰਾਜ ਹੋਇਆ ਸਾਂਭ ਕੇ ਰੱਖੋ ਦਰਜਾ ਨੋਟ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਭਾਗ ਲੱਗੂ ਕੋਈ ਰੁਜ਼ਗਾਰ ਵਧੂ ਕੋਈ ਬਿਮਾਰੀ ਦੂਰ ਹੋਊ ਕੋਈ ਕਸ਼ ਕੱਟਿਆ ਜਾਊ ਕੋਈ ਕਰਜ਼ਾ ਲੈਣਾ ਦੇਣਾ ਤਾਰੂਗਾ ਵਕਤ ਲੱਗੂ ਬੋ ਤੋ ਜਾਦੂ ਨਹੀਂ ਹੈਗਾ ਸਾਰਾ ਪਾਸਾ ਕਰ
सारे लाइन चल पाओ जी। हो गया जी बच्चे बैठा दो भाई बच्चे अपने बच्चे रह गए जिन्हे जवाक ने भाई इन्हों भेजो देव पुत्र कर बच्चे बनाए पढ़ता नहीं है तिने चारे करते भरा करते करते पर करते हाँ भी काका इन्हू दियो मापी उधर नहीं चल भाई जिंदा अगला कैसे बंद बन तोरी चल पाया उधर की आप ही देखी जो कोने कोने में दे दो भाई जिन्हें पढ़ता कोने कोने में हर जगह बैठा कैंपर लाइन की नाम है वीर जी अपना मेरा नाम सुखविंदर सिंह है जी केड़ा पिंड जी जहांगीर जी अज इत्थे धर्मशाला विखे पहुंचे होंगे प्रोग्राम दे उत्ते बाबा जी विजय गोयल वालों आशीर्वाद मिलेगा की कहना चाहोगे बहुत वधिया काम कर रहे जो सरकार नहीं कर सकती जिन्ना संस्था कर सकती है और कोई नहीं कर सकती संस्था बहुत वधिया काम कर रही है सारिया जनानियां वास्ते सूट मिले ने चप्पल मिले ने बच्चों वास्ते साबणा कपड़ा किताबा सब कुछ मिले बच्चों वास्ते पढ़ने वास्ते सारा समान मिल रहा है जो कुछ कर सकते हैं और कोई नहीं कर सकता ਪਹਿਲਾਂ ਵੀ ਆਉਂਦੇ ਹੋਏ ਪਹਿਲਾਂ ਠੀਕ ਸੀਗਾ ਜੀ ਹੁਣ ਲੱਤ ਫੱਟੀ ਗਈ ਆ ਪਹਿਲਾਂ ਤਾਂ ਮਿਲਦਾ ਜੀ ਮੇਰੇ ਕੋਲ ਮਿਲਦਾ ਰਿਹਾ ਜੀ ਮੈਨੂੰ ਜਾ ਕੇ ਬਹੁਤ ਵਾਰ ਮਿਲੇ ਜੀ ਇਹ ਕੰਮ ਕਰਨ ਦੇ ਵਿੱਚ ਜੀ ਇਹਨਾਂ ਸਾਰੇ ਪਰਿਵਾਰਾਂ ਨੂੰ ਸੁਨੇਹੇ ਲਗਾਏ ਨੇ
ਸੌਭਾਗਯ ਹੈ ਵੀ ਅਸੀਂ ਆਏ ਸਮਾਨ ਵੰਡਾ ਆਏ ਗਰੀਬਾਂ ਦੀ ਮਦਦ ਕੀਤੀ ਅਸੀਂ ਅੱਗੇ ਵੀ ਅੱਗੇ ਤੋਂ ਵੀ ਇਸ ਮੌਕੇ ਦਾ ਹੋਰ ਇੰਤਜ਼ਾਰ ਕਰਾਂਗੇ ਤੇ ਸਾਰਾ ਕੁਛ ਬਾਬਾ ਜੀ ਦੇ ਕਾਰਨ ਹੈ ਉਹੀ ਸਾਨੂੰ ਦੱਸਦੇ ਆ ਵੀ ਉਹਨਾਂ ਨੇ ਹੀ ਦੱਸਿਆ ਵੀ ਆਏ ਪਿੰਡ ਪਿੰਡ ਜਾ ਕੇ ਸਮਾਨ ਵੰਡਣਾ ਤੇ ਇਹਦੇ ਨਾਲ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਅੰਦਰੋਂ ਬਹੁਤ ਹੀ ਚੰਗਾ ਲੱਗਦਾ ਬਹੁਤ ਹੀ ਵਧੀਆ ਲੱਗਦਾ ਅੰਦਰੋਂ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਸ਼ਾਂਤੀ ਮਿਲਦੀ ਹੈ ਬਹੁਤ ਖੁਸ਼ੀ ਮਿਲਦੀ ਆ ਇਹ ਸਮਾਨ ਵੰਡ ਕੇ ਨੌਜਵਾਨਾਂ ਨੂੰ ਸੰਦੇਹਾ ਦੇਵਾਂਗੀ ਵੀ ਉਹ ਵੀ ਅੱਗੇ ਆਏ ਅੱਗੇ ਹੋ ਕੇ ਆਏ ਮਦਦ ਕਰਨ ਬੁਰੇ ਕੰਮਾਂ ਤੋਂ ਦੂਰ ਰਹਿਣ ਗਰੀਬਾਂ ਦੀ ਆਏ ਮਦਦ ਕਰਨ ਸਾਡੇ ਕਾਰਜ ਕਰ ਰਹੇ ਬਹੁਤ ਵਧੀਆ ਲੱਗਿਆ ਸਾਨੂੰ ਜੀ ਗਰੀਬਾਂ ਦੀ ਮਦਦ ਕਰਨ ਨਾਲ ਆਪਣੇ ਕੁਛ ਹਿੱਸਾ ਚ ਕਰ ਸਕੀਏ ਆਪਣੀ ਜ਼ਿੰਦਗੀ 'ਚੋਂ ਅਤੇ ਅਸੀਂ ਕੋਈ ਦਾਨ ਕਰ ਸਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਲੋਕਾਂ ਨੂੰ ਐਸ ਨਹੀਂ ਹੁੰਦਾ ਵੀ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਆਪਾਂ ਨੂੰ ਗਰੀਬਾਂ ਮਦਦ ਕਰਨ ਨਾਲ ਕੋਈ ਸਰਕਾਰ ਨਹੀਂ ਹੈ ਕੋਈ ਕਰਦਾ ਨਹੀਂ ਗਰੀਬਾਂ ਮਦਦ ਕੋਈ ਬਜਾਰ ਇੰਨੀ ਵੀ ਰਹਿ ਜਾਂਦੇ ਨੇ ਉਹਨਾਂ ਮਦਦ ਕਰਨਾ ਜਦੋਂ ਸਕੂਨ ਮਿਲਦਾ ਆਪਾਂ ਨੂੰ ਦੇਖੋ ਜੀ ਸਾਨੂੰ ਬਹੁਤ ਵਧੀਆ ਲੱਗਦਾ ਇਹ ਬਹੁਤ ਵਾਂਝੇ ਪਰਿਵਾਰ ਨੇ ਜਿਹਨਾਂ ਦਾ ਕੋਈ ਨਹੀਂ ਪਹੁੰਚਦਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਤੱਕ ਪਹੁੰਚਾਂਗੇ ਬਾਬਾ ਜੀ ਦਾ ਹੁਕਮ ਹੈ ਵੀ ਨਿੱਕੇ ਨੇ ਕਿਹਾ ਖੁਸ਼ੀਆਂ ਜਿੰਨਾ ਕੁ ਸਾਡੀ ਸਮਰੱਥਾ ਜੇਬ ਸਾਡੀ ਲੋਕ ਕਰਦੀ ਹੈ ਸਾਰਿਆਂ ਨੇ ਅਸੀਂ ਰਲ ਮਿਲ ਕੇ ਇਹਨਾਂ ਨੂੰ ਨਿੱਕੇ ਨੇ ਕਿਹਾ ਖੁਸ਼ੀਆਂ ਦੇ ਕੇ ਆਪਦਾ ਚਿੱਤ ਖੁਸ਼ ਕਰ ਦਿਓ ਖਰਚਾ ਜੀ ਕੁਛ ਤਾਂ ਸੀ ਵੀ ਸਾਰਿਆਂ ਨੇ ਰਲ ਕੇ ਜੇਬ 'ਚੋਂ ਕਰਦੇ ਹਾਂ ਕੋਈ ਸਾਡੇ ਕੋਲ ਦਰਗਾਹ 'ਤੇ ਵੀ ਆ ਜਾਂਦਾ ਜੀ ਜਿਹੜਾ ਸਾਰਾ ਸਮਾਨ ਅਸੀਂ ਇਕੱਠਾ ਕਰਕੇ ਫਿਰ ਇੱਕ ਐਤਵਾਰ ਦਾ ਦਿਨ ਰੱਖਿਆ ਹੈ ਜੀ ਅਤੇ ਸਾਡੀ ਇੱਕ ਟੀਮ ਹੈ ਜੀ ਟੀਮ ਵਰਕ ਹੈ ਸਾਡੀ ਟੀਮ ਸਰਚ ਕਰਦੀ ਹੈ ਜਿਵੇਂ ਰੀਸ਼ੂ ਜੀ ਨੇ ਬਾਂਸਲ ਸਾਹਿਬ ਨੇ ਹੋਰ 'ਚ ਦੋ ਮੈਂਬਰ ਹੋਰ ਨੇ ਚਾਰ ਮੈਂਬਰ ਸਰਚ ਕਰਦੇ ਨੇ ਸੈਚਰਡੇ ਵਾਲੇ ਦਿਨ ਜੀ ਫਿਰ ਸੰਡੇ ਵਾਲੇ ਦਿਨ ਕੋਈ ਸਾਂਝੀ ਜਗ੍ਹਾ 'ਤੇ ਆ ਕੇ ਰੱਖ ਕੇ ਜੀ ਸਮਾਨ ਦੇ ਦਿੰਦੇ ਕੋਸ਼ਿਸ਼ ਹੈ ਵੀ ਜੇ ਲੰਬਾ ਚਲਾਵਾਂਗੇ ਜੀ ਤਾਂ ਬਾਬੇ ਦੀ ਕਿਰਪਾ ਚਾਹੀਦੀ ਆ ਕਿ ਵੀ ਸਾਰੀ ਉਮਰ ਚੱਲੀ ਜਾਵੇ ਅਸੀਂ ਆਪਣੀ ਡਿਊਟੀ ਤੋਂ ਨਹੀਂ ਭੱਜਾਂਗੇ ਜੀ ਅਸੀਂ ਜ਼ਰੂਰ ਵਜਾਂਗੇ ਕੋਈ ਸਾਨੂੰ ਬਹੁਤ ਆਨੰਦ ਆ ਰਿਹਾ ਅਸੀਂ ਜਦ ਜਾ ਕੇ ਦੇਖਦੇ ਹਾਂ ਜੀ ਉਹ ਵਿਚਾਰਾ ਇੱਕ ਚੱਪਲ ਤੋਂ ਵੀ ਵਾਂਝਾ ਪਰਿਵਾਰ ਆਇਆ ਸੀ ਉਹਦੇ ਪੈਰਾਂ ਚੱਪਲ ਪਾਉਣੇ ਸਾਨੂੰ ਬਹੁਤ ਆਨੰਦ ਆਉਂਦਾ ਇੱਕ ਪਰਿਵਾਰ ਨੂੰ ਸੂਟ ਦਿੰਦੇ ਹਾਂ ਜੀ ਉਹਦੇ ਵਿਚਾਰੇ ਘਸਿਆ ਸੂਟ ਪਾਇਆ ਹੋਇਆ ਜਦੋਂ ਨਵਾਂ ਸਿਲਾ ਕੇ ਪਾਊਗਾ ਉਹਨੂੰ ਬਹੁਤ ਖੁਸ਼ੀ ਆਊਗੀ ਔਰ ਬਹੁਤ ਚੈਨ ਦੀ ਨੀਂਦ ਸੋਊਗਾ ਜੀ ਉਹ ਪਰਿਵਾਰ ਦੇਖੋ ਜੀ ਸਰਕਾਰਾਂ ਵੀ ਆਪਣਾ ਕੰਮ ਕਰ ਰਹੀਆਂ ਨੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਉਹ ਵੀ ਕੁਛ ਨਾ ਕੁਛ ਤਾਂ ਕਰਦੀਆਂ ਹੋਣਗੀਆਂ ਨੇ ਜੀ